श्री गुरु नानक देव जी दे व्याह पुरब दियां तैयारियां मुकम्मल ने ते हर पासे रौनका देखन नूं मिलदियां ने। इसे विचाले ही बच्चियां नूं ते वड्डियां नूं सिक्खी नाल जोड़न दे लई दस्तार मुकाबले भी करवाए जा रहे ने। बटाला दे विच भी एक संस्था दे वल्लों पिछले 13 सालां तों दस्तार मुकाबले करवाए जा रहे ने, जिन्हां दे विच हर वर्ग दे व्यक्ति वल्लों हिस्सा लिया जांदा है ते सोहणी तों सोहणी दस्तार सजाई जांदी है। ਵੱਡੀ ਗੱਲ ਇਹ ਹੈ ਕਿ ਇਸ ਵਾਰ ਤਾਂ ਕੁੜੀਆਂ ਵੀ ਸ਼ਾਮਲ ਹੋਈਆਂ ਨੇ ਜਿਨ੍ਹਾਂ ਨੇ ਸੁੰਦਰ ਦੁਮਾਲੇ ਸਜਾਏ। ਦੁਮਾਲੇ ਮੁਕਾਬਲੇ ਦੇ ਵਿੱਚ ਇਹਨਾਂ ਕੁੜੀਆਂ ਨੇ ਵੀ ਜਿੱਤ ਹਾਸਲ ਕੀਤੀ ਤੇ ਜਿੱਤਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ ਨੇ। ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਵਧੀਆ ਉਪਰਾਲਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਜੂੜੇ ਤੇ ਸਿੱਖੀ ਨਾਲ ਜੋੜਿਆ ਜਾਵੇ, ਉਹਨਾਂ ਨੂੰ ਦਸਤਾਰ ਦੇ ਸਿੱਖੀ ਦੇ ਸਿਧਾਂਤ ਸਮਝਾਏ ਜਾਣ, ਜੋ ਨੌਜਵਾਨ ਪੀੜ੍ਹੀ ਇਹਨਾਂ ਤੋਂ ਪਰੇ ਹੈ ਤੇ ਉਹਨਾਂ ਨੂੰ ਵੀ ਇਸਦਾ ਮਹੱਤਵ ਸਮਝ ਆ ਸਕੇ। ਇਸੇ ਲਈ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ ਤੇ ਇਸ ਵਾਰ ਵੀ 400 ਤੋਂ ਵੱਧ ਜੂਨੀਅਰ ਤੇ ਸੀਨੀਅਰ ਵਰਗ ਦੇ ਵਿਅਕਤੀਆਂ ਨੇ ਦਸਤਾਰ ਮੁਕਾਬਲਿਆਂ 'ਚ ਹਿੱਸਾ ਲਿਆ। ਜਦੋਂ ਸਾਡੇ ਵਾਰੀ ਸੀ ਉਦੋਂ ਇੰਦਰਜੀਤ ਨਿੱਕੂ ਦੀ, ਰਵਿੰਦਰ ਗਰੇਵਾਲ, ਦਿਲਜੀਤ ਦੀ ਪੱਗ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਕਿ ਅਸੀਂ ਇੱਦਾਂ ਦੀ ਪੱਗ ਬੰਨਣੀ ਆ। ਜਿਉਂ ਜਿਉਂ ਟ੍ਰੈਂਡ ਚੇਂਜ ਹੁੰਦਾ ਗਿਆ, ਹੁਣ ਜਿੱਦਾਂ ਮੂਸੇ ਵਾਲੇ ਦੀ ਪੱਗ ਆ ਗਈ ਸੀ, ਹੋਰ ਵੱਟਾਂ ਵਾਲੀ ਸਰਤਾਜ ਵਾਂਗੂ ਪੱਗ ਬੰਨਣੀ, ਮਤਲਬ ਟ੍ਰੈਂਡ ਨਿਆਣਿਆਂ ਦੇ ਵਿੱਚ, ਬੱਚਿਆਂ ਦੇ ਵਿੱਚ। ਸਾਨੂੰ ਇਹ ਸੀ ਕਿ ਜਿੱਦਾਂ ਨੂੰ ਬੱਚਿਆਂ ਦਾ ਰੁਝਾਨ ਆ ਉਹਦੇ ਨਾਲ ਇੱਕ ਚੀਜ਼ ਨੂੰ ਮੋਟੀਵੇਟ ਕੀਤਾ ਜਾ ਸਕੇ। ਪੱਗਾਂ ਦੀ ਜੱਜਮੈਂਟ ਇਹ ਸਫਾਈ ਦੇ ਬੇਸ 'ਤੇ ਹੁੰਦੀ ਆ ਵੀ ਕਿਹਦੀ ਪੱਗ ਦੀ ਜ਼ਿਆਦਾ ਸਫਾਈ ਆ। ਜਿਹੜੇ ਬੱਚੇ ਨੇ ਬੰਨਣ ਵਾਲੇ ਉਹ ਦਿਨ ਬਾਈ ਦਿਨ ਵੱਧ ਰਹੇ ਨੇ, ਦਿਨੋ ਦਿਨ ਇਹਨਾਂ 'ਚ ਵਾਧਾ ਹੋ ਰਿਹਾ ਹੈ। ਸਿੱਖੀ ਸਰੂਪ ਦੇ ਵਿੱਚ ਆਉਣ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਛੋਟੀ ਉਮਰੇ ਦਸਤਾਰ ਦੇ ਨਾਲ ਜੁੜ ਰਹੇ ਨੇ।